ਸੱਸੇ ਵਾਲ ਤੁਸੀਂ ਆਲ ਨਾਈਟ ਇਨ ਇਸ ਤਰ੍ਹਾਂ ਪੈ ਲਾ ਦੇ ਪੁੱਡਾ ਕਰਨਾ ਚਾਹੀਦੇ ਚਾਰ ਜੱਥਾ ਮੰਦੀ ਵੱਲੋਂ ਧਰਨਾ ਲੈ ਕੇ ਜਿਹੜੇ ਧਰਨਾ ਆਗੂ ਉਹਨਾਂ ਨਾਲ ਗੱਲ ਕਰਦੇ ਮੰਗਾਂ ਕੀ ਉਹਨਾਂ ਦੀ ਕਿੰਨਾ ਵਜੇ ਤੁਹਾਡਾ ਮੈਂ ਸੁਰਿੰਦਰ ਸਿੰਘ ਕਕਰਾਲਾ BKU ਕ੍ਰਾਂਤੀਕਾਰੀ ਜ਼ਿਲ੍ਹਾ ਖਜਾਨਚੀ ਸੁਰਿੰਦਰ ਜੀ ਜਿਹੜੇ ਮੰਗਾਂ ਧਰਨਾ ਦਾ ਮੰਗਾਂ ਕੀ ਮੈਂ ਤੁਹਾਡੀ ਆਪਣੀਆਂ ਮੰਗਾਂ ਨੇ ਵੀ ਜਿਹੜੇ ਕਿਸਾਨਾਂ ਦੇ ਉੱਪਰ ਪਰਚੇ ਕਰੇ ਗਏ ਨੇ ਪਰਾਲੀ ਜਾਲਣ ਦੇ ਉਹਨਾਂ ਨੂੰ ਰੱਦ ਕਰਿਆ ਜਾਵੇ ਤੇ ਜਿਨ੍ਹਾਂ ਦੇ ਵੀ ਰੈੱਡ ਐਂਟਰੀਆਂ ਪਾਈਆਂ ਗਈਆਂ ਨੇ ਉਹ ਹਟਾਈਆਂ ਜਾਣ ਤੇ ਪਰਾਲੀ ਦਾ ਕੋਈ ਪੱਕਾ ਪ੍ਰਬੰਧ ਕਰਿਆ ਜਾਵੇ ਤਾਂ ਕਿ ਕਿਸਾਨਾਂ ਨੂੰ ਸਮੱਸਿਆ ਨਾ ਆਵੇ ਤੇ ਪੋਲੂਸ਼ਨ ਘਟੇ ਤੇ ਜਿਹੜਾ ਵੀ ਪਰਾਲੀ ਦੇ ਉੱਪਰ ਸਰਕਾਰ ਧੱਕਾਸ਼ਾਹੀ ਕਰ ਰਹੀ ਹੈ ਵੀ ਪਰਾਲੀ ਜਾਲਣ ਦੇ ਉੱਪਰ ਉਹਦੇ ਉੱਪਰ ਰੋਕ ਲਾਈ ਜਾਵੇ ਤੇ ਸਰਕਾਰ ਕਿਸਾਨ ਨੂੰ ਕੋਈ ਵਧੀਆ ਹੱਲ ਦੇਣ ਤੇ ਉਹਨਾਂ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇ ਪਟਿਆਲੇ 'ਚ ਕੋਈ ਮਾਮਲਾ ਦਰਜ ਹੋਇਆ ਅਜੇ ਤੱਕ ਪਟਿਆਲੇ 'ਚ ਹੈਗੇ ਨੇ ਕਈ ਮਾਮਲੇ ਨੇ ਪਰ ਖੁਦ ਮੇਰੇ ਪਿੰਡ 'ਚ ਵੀ ਹੈਗਾ ਸਿੱਧੂਪੁਰ ਜਥੇਬੰਦੀ ਦੇ ਉੱਪਰ ਜਿਹਦਾ ਨਾਮ ਲਿਖ ਕੇ ਲੈ ਕੇ ਗਏ ਨੇ ਬੰਦੇ ਦਾ ਬਲਾਕ ਪ੍ਰਧਾਨ ਆ ਪਰ ਹੋਰ ਵੀ ਬਹੁਤ ਕਿਸਾਨ ਨੇ ਜਿਹੜਾ ਸਾਡੇ ਵੱਲ ਸ਼ਿਕਾਇਤਾਂ ਆ ਰਹੀਆਂ ਨੇ ਵੀ ਸਾਡੇ ਉੱਪਰ ਪਰਚੇ ਗਏ ਨੇ ਸਾਡੇ ਖੇਤਾਂ 'ਚ ਆ ਕੇ ਨਾਮ ਲਿਖ ਕੇ ਗਏ ਨੇ ਪਰ ਉਹ ਰੈੱਡ ਐਂਟਰੀਆਂ ਜਿਹੜੀਆਂ ਨਾਮ ਲਿਖੇ ਜਾਂਦੇ ਨੇ ਉਹ ਪਰਚੇ ਨਾਲ ਵੀ ਖਤਰਨਾਕ ਨੇ ਕਿਉਂਕਿ ਉਹ ਰੈੱਡ ਐਂਟਰੀ ਪਾ ਰਹੇ ਨੇ ਨਾਮ ਲਿਖ ਕੇ ਬਾਈ ਤੁਸੀਂ ਪਰਾਲੀ ਵੀ ਲੈ ਕੇ ਟਰਾਲੀ ਵੀ ਅਗਲਾ ਸਟੈਪ ਕਿਉਂ ਦੌੜੋਗੇ ਅਸੀਂ ਜਿਹੜੀਆਂ ਪਰਾਲੀ ਦੀਆਂ ਟਰਾਲੀਆਂ ਲੈ ਕੇ ਆਏ ਹਾਂ ਇਹ ਅਸੀਂ ਹੁਣ DC ਦਫ਼ਤਰ ਜੇ ਸਾਡੀ ਮੀਟਿੰਗ 'ਚ ਕੋਈ ਸੀਟਾਂ ਨਾਲ ਲਿਖੜਿਆ ਤਾਂ DC ਦਫ਼ਤਰ ਦੇ ਮੂਹਰੇ ਢੇਰੀ ਕਰਕੇ ਜਾਵਾਂਗੇ ਕਾਰਨ ਇਹ ਹੈ ਵੀ ਸਰਕਾਰ ਇਹਦਾ ਹਿੱਲਾ ਕਰੇ ਸਰਕਾਰ ਦੇ ਉਹਨੂੰ ਸਮਾ ਕੇ ਜਾਵਾਂਗੇ ਪਰਾਲੀ ਵੀ ਉਹ ਕੀ ਕਰਦੀ ਆ ਪਰਾਲੀ ਨੂੰ ਕੀ ਕਿਹੜੇ ਤਰੀਕੇ ਨਾਲ ਗਾਲਦੀ ਆ ਕਿਉਂਕਿ ਕਈ ਤਰ੍ਹਾਂ ਦੇ ਕੈਮੀਕਲ ਲਿਆਂਦੇ ਜਾ ਰਹੇ ਨੇ ਪਰ ਉਹ ਕੈਮੀਕਲ ਕੋਈ ਅਸਰ ਨਹੀਂ ਕਰ ਰਹੇ ਹੈਗੇ ਸਰਕਾਰ ਵੱਲੋਂ ਸਰਕਾਰ ਦਾ ਮਸ਼ੀਨਾਂ ਦੇ ਰਹੀ ਹੈ ਮਸ਼ੀਨਾਂ ਲਓ ਜਲਾਓ ਉਹਨਾਂ ਮਸ਼ੀਨਾਂ ਨਾਲ ਸਰਕਾਰ ਵੱਲੋਂ ਕੋਈ ਮਸ਼ੀਨ ਨਹੀਂ ਦਿੱਤੀ ਜਾ ਰਹੀ ਕਿਉਂਕਿ ਹੁਣੇ ਫਾਜ਼ਿਲਕਾ ਫਿਰੋਜ਼ਪੁਰ 'ਚ ਸਿੱਧਾ ਹੀ ਆਇਆ ਵੀ 350 ਖਾਣੀ 250 ਮਸ਼ੀਨ ਦਾ ਕੋ ਜਿਹੜੀ ਸਬਸਿਡੀ ਆ ਮਸ਼ੀਨ ਨਹੀਂ ਆਈ ਅਤੇ 11,000 ਮਸ਼ੀਨ ਪੰਜਾਬ 'ਚੋਂ ਗਾਇਬ ਆ ਜਿਹਦੇ ਉੱਪਰ ਸਰਕਾਰ ਨੇ ਖਾਧਾ ਅਤੇ ਸੈਂਟਰ ਨੇ 350 ਕਰੋੜ ਅਤੇ ਸਰਕਾਰ ਦਾ ਰੋਕ ਲਿਆ ਅਤੇ ਸਬਸਿਡੀ ਦਾ ਵੀ ਕੋਈ ਚੀਜ਼ ਨਹੀਂ ਹੈਗੀ ਨਾ ਮਸ਼ੀਨ ਮਿਲ ਰਹੀ ਆ ਅਗਲੀ ਰਣਨੀਤੀ ਕੀ ਮੇਰੀ ਹੋਵੇ ਤੁਹਾਡੀ ਜੇ ਸਰਕਾਰ ਸਾਡੇ ਕਿਸਾਨਾਂ ਦੇ ਉੱਪਰੋਂ ਪਰਚੇ ਜਿਹੜੇ ਕਰੇ ਹੋਏ ਨੇ ਰੱਦ ਨਹੀਂ ਕਰਦੀ ਅਤੇ ਜਿਹੜੀਆਂ ਵੀ ਉਹਨਾਂ ਪਰ ਰੈੱਡ ਐਂਟਰੀਆਂ ਪਾਈਆਂ ਨੇ ਜੇ ਉਹ ਨਹੀਂ ਹਟਾਉਂਦੀ ਤਾਂ ਅਸੀਂ ਬੜਾ ਸੰਘਰਸ਼ ਨਿਭਾਵਾਂਗੇ ਕਿਉਂਕਿ ਹੁਣ ਅੱਜ ਇਸ ਟਾਈਮ 18 ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਨਾਰਨੀਤੀ ਡੱਲੇਵਾਲ ਸਾਹਿਬ ਦਾ ਅਸੀਂ ਰਲ ਕੇ ਸੰਘਰਸ਼ ਦੀ ਅੱਜ ਸ਼ੁਰੂਆਤ ਕਰੀ ਆ ਆਉਣ ਵਾਲੇ ਟਾਈਮ 'ਚ ਅਸੀਂ ਕੋਈ ਹੋਰ ਵੀ ਬੜਾ ਐਕਸ਼ਨ ਵਿੱਢਣ ਦੀ ਸਾਡੀ ਜਿਵੇਂ ਵੀ ਬੜੇ ਆਗੂ ਸਲਾਹ ਕਰਨਗੇ ਉਵੇਂ ਅਸੀਂ ਬੜਾ ਐਕਸ਼ਨ ਨਿਪਟਾਂਗੇ ਗੱਲ ਹੋਈ ਹੈ ਪਹਿਲਾਂ ਕਿਸੇ ਮੰਤਰੀ ਨਾਲ ਸਰਕਾਰ ਦੇ ਆਗੂ ਨਾਲ ਕਿਸੇ ਨੇ ਗੱਲ ਹੋਈ ਹੈ ਵੀ ਹਾਂ ਅਸੀਂ ਧਰਨਾ ਨਹੀਂ ਲਾਉਂਦੇ ਵੀ ਤੁਸੀਂ ਸਾਡਾ ਹੱਲ ਕਰੋ ਫਿਲਹਾਲ ਤਾਂ ਸਾਡੀ ਕੋਈ ਗੱਲ ਨਹੀਂ ਹੋਈ ਪਰ ਹੁਣ ਜਿਹੜੇ ਸਾਡੇ CID ਵਾਲੇ ਆਏ ਅਤੇ ਸਾਡੇ ਨਾਲ ਗੱਲ ਕਰਕੇ ਕਹਿੰਦੇ ਉਹ ਸਾਡੀ ਹੁਣ ਥੋੜ੍ਹੇ ਟਾਈਮ 'ਚ ਉਰੇ DC ਸਾਹਿਬ ਨਾਲ ਮੀਟਿੰਗ ਕਰਾਉਣਗੇ ਉਹਦੇ ਵਿੱਚ ਕੀ ਸਿੱਟਾ ਲਿਖਣ ਤੋਂ ਅਦੋਂ ਬਾਅਦ ਬਾਈ ਮੇਨ ਮੰਗ ਕੀ ਆ ਅਸਲੀ ਜਿਹੜੇ ਮੁੱਦਾ ਮੰਗ ਕੀ ਕਿਤੇ ਮੰਗ ਰੁਕ ਰਹੀ ਤੁਹਾਡੀ ਮੰਗ ਤਾਂ ਵੀਰ ਜੀ ਇਹ ਆ ਇਹ ਜਿਹੜਾ ਇਹ ਕਹਿੰਦੇ ਆ ਵੀ ਦੇਖੋ ਰਹਿੰਦ ਖੂੰਦ ਵੀ ਇਹ ਸਾੜਨੀ ਨਹੀਂ ਹੈਗੀ ਵੀ ਸਰਕਾਰ ਇਹਦੇ ਵਾਸਤੇ ਮਸ਼ੀਨਰੀ ਦਊਗੀ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਪਟੇੜੀ ਕਲਾਂ ਦਾ ਮੈਂ ਦੇਖ ਲਓ ਵੀ ਇਹਨਾਂ ਦੇ ਸਾਰੇ ਮਹਿਕਮਿਆਂ ਨੂੰ ਵੀ ਫੋਨ ਕਰੇ ਮੈਂ ਆਪਣੀ ਉਹ ਬੀਤੀ ਦੱਸ ਰਿਹਾ ਤੁਹਾਨੂੰ ਮੇਰੇ 35 ਕਿੱਲੇ ਚੀਰੀ ਦੇ ਵੱਡੇ ਵੇ ਸੀਗੇ ਮੈਨੂੰ ਉਹਦੇ ਵਾਸਤੇ ਕੋਈ ਮਸ਼ੀਨ ਜਾਂ ਨਾ ਮਿਲੀ ਕਿਤੋਂ ਵੀ ਫਿਰ ਮੈਨੂੰ ਕਹਿਣ ਲੱਗੇ ਬਾਈ ਜੀ ਮਸ਼ੀਨ ਮਿਲ ਜੂਗੀ ਪਰ ਜੇ ਕਰਚੇ ਵਧਾਉਣੇ ਪੈਣੇ ਆ ਤੁਹਾਨੂੰ ਕਰਚੇ ਵਧਾਈ ਦੇ ਪੈਸੇ ਦੇਣੇ ਪੈਣੇ ਆ ਮੈਂ ਕਿਹਾ ਜੀ ਦੱਸੋ ਉਹ ਕਹਿੰਦੇ ਦੇਖੋ ਜੀ ਵੱਡੇ ਕਿੱਲੇ 6.25 ਦੇ 600 ਰੁਪਈਆ ਕਿੱਲੇ ਦਾ ਜੇ ਤੁਸੀਂ ਦਿਓਗੇ ਤਾਂ ਅਸੀਂ ਤੁਹਾਡੇ ਕਰਚੇ ਵੱਢ ਦਾਂਗੇ ਤੁਹਾਡੀ ਉਹ ਕਰ ਦਾਂਗੇ ਅਸੀਂ ਉਹ ਵੀ ਮਨਜ਼ੂਰ ਕਰ ਲਿਆ ਦੇਖੋ ਹਰੇਕ ਜਿਹੜੇ ਗਰੀਬ ਕਿਸਾਨ ਉਹ ਨਹੀਂ ਦੇ ਸਕਦੇ ਚਲੋ ਮੈਂ ਉਹ ਵੀ ਦੇ ਮੈਂ ਉਹ ਦੇ ਕੇ ਜਦੋਂ ਉਹਨਾਂ ਨੂੰ ਕਿਹਾ ਵੀ ਬਣਾ ਦਿਓ 2 ਦਿਨ ਬਾਅਦ ਮੇਰੇ ਉਹ ਆਏ ਕਰਚੇ ਵੱਢਣ ਕਰਚੇ ਵੱਢਣ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਮੇਰੀ ਫਸਲ ਲੇਟ ਹੋ ਰਹੀ ਆ ਯਾਰ ਇਹਨੂੰ ਬਣਾ ਲਓ ਇਹਦੀਆਂ ਗੱਠਾਂ ਬਣਾ ਕੇ ਲੈ ਜਾਓ ਇਹਨੂੰ ਲੋਡਿੰਗ ਕਰਕੇ ਮੈਨੂੰ ਕਹਿੰਦੇ ਪ੍ਰਧਾਨ ਜੀ ਐਵੇਂ ਤੁਹਾਡੇ ਕਹਿਣ ਨਾਲ ਨਹੀਂ ਹੁੰਦਾ ਇਹਦਾ ਮੋਚਰ ਚੈੱਕ ਹੋਊਗਾ ਜੇ ਮੋਚਰ ਸਹੀ ਹੋਇਆ ਤਾਂ ਅਸੀਂ ਇਹਨੂੰ ਭੇਜਾਂਗੇ ਗੱਠੇ ਬਣਾ ਕੇ ਮੈਂ ਕਿਹਾ ਚਲੋ ਠੀਕ ਆ 3 ਦਿਨਾਂ ਬਾਅਦ ਜੀ ਉਹਦਾ ਮੋਚਰ ਸਹੀ ਹੋਇਆ ਫਿਰ ਉਹਨਾਂ ਨੇ ਗੱਠੇ ਬਣਾ ਤੇ 2 ਦਿਨ ਫਿਰ ਉਹ ਮੇਰੇ ਗੱਠੇ ਚੱਕਣ ਨਹੀਂ ਆਏ ਜੀ 2 ਦਿਨ ਮੇਰੇ ਗੱਠੇ ਰੁਲਦੇ ਰਹੇ ਖੇਤਾਂ 'ਚ ਮੇਰੀ ਕਣਕ ਦੀ ਬਿਜਾਈ 10 ਦਿਨ ਲੇਟ ਹੋ ਗਈ ਜੀ ਜਿਹੜਾ ਕਿ ਕਿਸਾਨ ਨੂੰ ਕਹਿੰਦੇ ਹੁੰਦੇ ਸੀ ਪੁਰਾਣੇ ਟਾਈਮਾਂ 'ਚ ਵੀ ਜੇ ਪੱਗ ਵੀ ਬੰਨਣ ਲੱਗ ਗਿਆ ਨਾ ਪੱਗ ਬੰਨਦਾ ਵੀ ਕਿਸਾਨ ਜਿਹੜੀ ਇਹ ਆਪਣੀ ਬਿਜਾਈ ਦਾ ਟਾਈਮ ਹੁੰਦਾ ਵੀ ਇਹ ਲੇਟ ਹੋ ਜਾਂਦਾ ਤੁਸੀਂ ਮਜ਼ਦੂਰੀ ਤੁਸੀਂ ਅੱਗ ਲੈਂਦੇ ਹੋ ਜੇ ਆਮ ਪੌਲੀ ਦਾ ਕਸੂਰ ਕੀ ਜਿਹੜੇ ਆਮ ਪੌਲੀ ਧੂੰਏ ਕਰਕੇ ਬਿਮਾਰ ਹੁੰਦੀ ਹੈ ਨਾ ਤੁਸੀਂ ਅੱਗ ਲਾਉਂਦੇ ਹੋ ਤੁਹਾਡੇ ਘਰ ਹੀ ਬਿਮਾਰ ਘਰ ਦੇ ਵੀ ਬਿਮਾਰ ਹੁੰਦੇ ਆ ਉਹਦਾ ਹੱਲ ਕੀ ਹੈ ਮਤਲਬ ਅੱਗ ਲਾਉਣ ਉਹਦਾ ਹੱਲ ਤਾਂ ਇਹੀ ਹੈ ਜੀ ਜਾਂ ਤਾਂ ਸਰਕਾਰ ਪਿੰਡ ਵਾਈਜ਼ ਮੰਨ ਲਓ ਵੀ ਪਿੰਡ ਵਾਈਜ਼ ਹਰ ਇੱਕ ਪਿੰਡ ਰਕਬੇ ਦੇ ਹਿਸਾਬ ਨਾਲ ਜੇ 500 ਕਿੱਲਾ ਜ਼ਮੀਨ ਦਾ ਇੱਕ ਪਿੰਡ ਦੇ ਆ ਤਾਂ ਉਹਨੂੰ 2 ਮਸ਼ੀਨਾਂ ਜੇ 1,000 ਕਿੱਲਾ ਇੱਕ ਪਿੰਡ ਦਾ ਤਾਂ 3 ਮਸ਼ੀਨਾਂ ਅਤੇ ਇਸ ਹਿਸਾਬ ਨਾਲ ਪੂਰਾ ਜਿੰਨਾ ਆਪਣੇ ਟੋਟਲ ਪਿੰਡ ਆ ਪੰਜਾਬ ਦਾ ਗਿਣਵਾਂ ਚੁਣਵਾਂ ਪਿੰਡ ਆ ਸਾਰਿਆਂ ਨੂੰ ਪਤਾ ਸਰਕਾਰਾਂ ਨੂੰ ਵੀ ਪਤਾ ਵੀ ਇੰਨੇ ਪਿੰਡ ਨੇ ਉੰਨੀਆਂ ਇਹਨਾਂ ਕੋਲ ਮਸ਼ੀਨਾਂ ਹੀ ਨਹੀਂ ਹੈਗੀਆਂ ਇਹ ਮਸ਼ੀਨ ਜੇ ਆਪਾਂ ਲਾਈਏ ਨਾ
भी पांच पिंड एक मशीन देन ਤਾਂ ਵੀ ਇਹਨਾਂ ਦਾ ਪੂਰਾ ਨਹੀਂ ਹੁੰਦਾ ਹੁਣ ਤੁਸੀਂ ਹਿਸਾਬ ਲਾਓ ਵੀ ਸਰਕਾਰ ਦਾ ਕਿਹੜੇ ਮਸ਼ੀਨਾਂ ਦੇ ਰਿਹਾ ਕਿਸਾਨ ਫਿਰ ਵੀ ਅੱਗ ਲਾ ਰਿਹਾ ਜਾਣ ਕੇ ਨਾ ਬਿਲਕੁਲ ਨਹੀਂ ਜਿਹੜੇ ਬੰਦੇ ਹੁਣ ਮੈਨੂੰ ਕਿਸੇ ਮੈਨੂੰ ਮਸ਼ੀਨ ਮਿਲ ਗਈ ਜੀ ਮੈਂ 35 ਕਿੱਲਿਆਂ ਨੂੰ ਕਿਉਂ ਨਹੀਂ ਅੱਗ ਲਾਈ ਮੈਨੂੰ ਮਸ਼ੀਨ ਮਿਲ ਗਈ ਮੈਂ ਜ਼ਿਲ੍ਹੇ ਦਾ ਪ੍ਰਧਾਨ ਹਾਂ ਮੈਨੂੰ ਮਿਲ ਗਈ ਮਸ਼ੀਨ ਮੈਂ ਕਿਉਂ ਲਾਊਂਗਾ ਜੀ ਅੱਗ ਮੈਂ ਲਾਈ ਨਹੀਂ ਇੱਕ ਫੰਡਾ ਵੀ ਨਹੀਂ ਫੁੱਕਿਆ ਮੈਂ ਨਹੀਂ ਲਾਈ ਅੱਗ ਮੈਂ ਵੀ ਹਫ਼ਤਾ ਬੁਖਾਰ ਚੜਿਆ ਰਿਹਾ ਖਾਂਸੀ ਜ਼ੁਕਾਮ ਹੋ ਗਿਆ ਦੇਖੋ ਜਿਹੜਾ ਹੁਣ ਪ੍ਰਦੂਸ਼ਣ ਹੋ ਰਿਹਾ ਉਹ ਸਾਡੇ ਬੱਚਿਆਂ ਨੂੰ ਵੀ ਹੋ ਰਿਹਾ ਸਾਡੇ ਮਾਂ ਪਿਓ ਬਜ਼ੁਰਗ ਨੇ ਜਿਹੜੇ ਸਾਹ ਦੇ ਜਿਹੜੇ ਅਸਥਮਾ ਦੇ ਮਰੀਜ਼ ਨੇ ਉਹਨਾਂ ਨੂੰ ਕਿੰਨਾ ਔਖਾ ਹੋ ਰਿਹਾ ਜੀ ਉਹ ਸਾਡੇ ਮਾਂ ਪਿਓ ਨਹੀਂ ਹੈਗੇ ਸਾਨੂੰ ਨਹੀਂ ਤਕਲੀਫ ਹੈਗੀ ਜੀ ਉਸ ਚੀਜ਼ ਦੀ ਸਾਨੂੰ ਬਹੁਤ ਤਕਲੀਫ ਆ ਇਹ ਚੀਜ਼ ਦੀ ਪ੍ਰਦੂਸ਼ਣ ਦੀ ਤਾਂ ਜਿਹੜਾ ਬੰਦਾ ਫੋਰਨ ਘੁੰਮ ਆਇਆ ਨਾ ਜੀ ਉਹਨੂੰ ਪਤਾ ਲੱਗਦਾ ਵੀ ਉੱਥੇ ਕੀ ਆ ਉਰੇ ਕੀ ਆ ਪਰ ਦਿੱਲੀ ਸਰਕਾਰ ਦੀ ਕਿਸਾਨਾਂ ਧੂਆਂ ਲਿਆ ਤਾ ਦਿੱਲੀ ਨਹੀਂ ਦਿੱਲੀ ਦੇਖੋ ਜੇ ਦਿੱਲੀ ਦੇ ਤੁਸੀਂ ਅੰਕੜੇ ਕੱਢ ਕੇ ਦੇਖ ਲਓ ਆਪਾਂ ਤਾਂ ਕੁਛ ਵੀ ਨਹੀਂ ਪੰਜਾਬ ਦਾ ਧੂਆਂ ਤਾਂ ਕੁਛ ਵੀ ਨਹੀਂ ਹੈਗਾ ਜੀ ਦਿੱਲੀ ਦੇ ਮੁਕਾਬਲੇ ਹਰਿਆਣੇ ਦੇ ਮੁਕਾਬਲੇ ਕੁਛ ਵੀ ਨਹੀਂ ਹੈਗਾ ਆਪਣਾ ਧੂਆਂ ਉਹਨਾਂ ਨੂੰ ਕੌਣ ਕਹਿ ਰਿਹਾ ਕੁਛ ਦਿੱਲੀ ਨੂੰ ਕਹਿ ਰਿਹਾ ਕੋਈ ਕੁਛ ਦਿੱਲੀ ਨੂੰ ਕੋਈ ਕੁਛ ਨਹੀਂ ਕਹਿ ਰਿਹਾ ਤੁਹਾਡੇ ਨਾਲ ਤਸਵੀਰ ਹੋਈ ਸਾਂਝੀ ਹੋਈ ਕੈਮਰਾਮੈਨ ਕੋਲ ਜਿਹਦਾ ਸਾਹਮਣੇ ਧਰਨਾ ਲੱਗੇ ਹੋਏ 400 ਜਥੇਬੰਦੀ ਦਾ ਧਰਨਾ ਲਾਇਆ ਹੋਇਆ ਇਹਨਾਂ ਨੇ ਜਿਹੜਾ ਪਰਾਲੀ ਨੂੰ ਨਾਸ ਸਾਰਨ ਲਈ ਸਰਕਾਰ ਨੇ ਮੰਨਿਆ ਕਿਤਾ ਜਿਹੜਾ ਕਿਸਾਨਾਂ ਦੇ ਉੱਪਰ ਮਾਮਲਾ ਦਰਜ ਹੋਇਆ ਉਹਨਾਂ ਦੇ ਖਿਲਾਫ ਇਹਨਾਂ ਧਰਨਾ ਲਾਇਆ ਪਟਿਆਲੇ ਤੋਂ ਆਨਲਾਈਨ ਲਈ ਕੇਸ਼ਵ ਕੁਮਾਰ ਕੀ ਰਿਪੋਰਟ।